ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋਏ ਆ ਪੰਡਿਤ ਕੇਸੋ ਤੇ ਕਾਲੀਦਾਸ। ਜਦੋਂ ਇਹਨਾਂ ਨੇ ਸ਼ਸਤਰਾਂ ਦੀ ਗੱਲ ਸੁਣੀ ਨਾ ਕਿ ਪਾਤਸ਼ਾਹ ਕਹਿੰਦੇ ਨੇ ਅਸੀਂ ਆਪਣੇ ਸਿੱਖ ਨੂੰ ਆਜ਼ਾਦ ਬਣਾ ਦੇਣਾ ਆਜ਼ਾਦ, ਤੇ ਇਹਨਾਂ ਪੰਡਤਾਂ ਨੇ ਅੱਗੇ ਹੋ ਕੇ ਪੰਡਿਤ ਕੇਸੋ ਤੇ ਕਾਲੀਦਾਸ ਕਹਿਣ ਲੱਗੇ, ਕਹਿੰਦੇ ਮਹਾਰਾਜ ਜੇ ਆਜ਼ਾਦੀ ਦੀ ਗੱਲ ਕਰਦੇ ਹੋ ਇਹਨਾਂ ਸ਼ਸਤਰਾਂ ਦੇ ਹਥਿਆਰਾਂ ਦੀ ਕੀ ਜ਼ਰੂਰਤ ਹੈ, ਜੇ ਆਜ਼ਾਦੀ ਲੈਣੀ ਚਾਹੁੰਦੇ ਹੋ ਹਿੰਦੁਸਤਾਨ ਦੇ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਦਵਾ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿਵੇਂ, ਕਹਿੰਦੇ ਮਹਾਰਾਜ ਅਸੀਂ ਚੰਡੀ ਪ੍ਰਗਟ ਕਰਾਂਗੇ ਤੇ ਉਹ ਚੰਡੀ ਸਾਨੂੰ ਦੇਸ਼ ਵਿੱਚ ਆਜ਼ਾਦ ਕਰਵਾ ਸਕਦੀ ਹੈ। ਜਾਣੀ ਜਾਣ ਸਤਿਗੁਰੂ ਜਾਣਦੇ ਸਨ, ਇਹਨਾਂ ਪੰਡਤਾਂ ਨੇ ਆਪਣਾ ਭਰਮ ਜਾਲ ਗੁਰਦੇਵ ਉੱਤੇ ਪਾਉਂਦੇ ਹੋਏ ਗੱਲਾਂ ਕੀਤੀਆਂ, ਪਰ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਇਹਨਾਂ ਪੰਡਤਾਂ ਦੀ ਰਮਜ ਨੂੰ ਪਛਾਣਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਉਹਦੇ ਵਾਸਤੇ ਕੀ ਕਰਨਾ ਪੈਣਾ। ਇਸ ਪੰਡਿਤ ਕੇਸੋ ਤੇ ਕਾਲੀਦਾਸ ਨੇ ਅੱਗੇ ਹੋ ਕੇ ਗਲ ਵਿੱਚ ਪਾ ਕੇ ਪੱਲਾ ਆਖਿਆ, ਮਹਾਰਾਜ ਨੈਣਾ ਦੇਵੀ ਦੇ ਟਿੱਲੇ ਉੱਤੇ ਅਸੀਂ ਚੰਡੀ ਪ੍ਰਗਟ ਕਰਾਂਗੇ, ਹਵਨ ਜੱਗ ਕਰਾਂਗੇ, ਉਹਦੇ ਵਾਸਤੇ ਸਾਨੂੰ ਸਮੱਗਰੀ ਚਾਹੀਦੀ ਹੈ। ਇਹ ਦੋਵੇਂ ਪੰਡਿਤ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਨੈਣਾ ਦੇਵੀ ਦੇ ਟਿੱਲੇ ਉੱਤੇ ਚੰਡੀ ਪ੍ਰਗਟ ਕਰਕੇ ਆਜ਼ਾਦੀ ਦੀ ਗੱਲ ਇੰਜ ਕਰਦੇ ਆ ਜੀ। ਕੇਸੋ ਦਾਸ ਤੇ ਕਾਲੀ ਪੰਡਿਤ ਰਾਤੇ ਨੂੰ ਫਰਮਾਉਂਦੇ, ਪਰ ਹੰਕਾਰ ਸੀ ਕਹਿੰਦੇ ਦੋਵੇਂ ਹੋਜੇ ਫੇਰੀ ਟਾਉਂਦੇ। ਚੰਡੀ ਕਰਵਾ ਲੋ ਇੱਕ ਇੱਕ ਕਰਕੇ ਖਰਚੇ ਸੀ ਦੱਸ ਦੇ, ਇੱਕ ਇੱਕ ਕਰਕੇ ਖਰਚੇ ਸੀ ਦੱਸ ਦੇ। ਸਮੱਗਰੀ ਲਿਆਉਣੀ ਲੰਬੀ ਲਿਸਟ ਬਣਾ ਕੇ ਦੇਤੀ, ਰੰਗ ਵਿੱਚ ਜੋ ਸਟਵਾਉਣੀ ਉਹ ਦੇਵੀ ਪ੍ਰਗਟ ਕਰਨ ਲਈ ਸੀ। ਨਵੀਂ ਖੇਡ ਬਣਾ ਲੋ ਜੇਕਰ ਤੁਸੀਂ ਆਜ਼ਾਦੀ ਚਾਹੁੰਦੇ, ਪ੍ਰਗਟ ਚੰਡੀ ਕਰਵਾ ਲੋ। ਮਨ ਵਿੱਚ ਬਹੁਤੇ ਖੁਸ਼ ਸੀ ਹੋਏ ਪਾਇਆ ਵਿੱਚ ਭੁਲੇਖੇ, ਛੇਤੀ ਪੂਜਾ ਖਤਮ ਕਰਾਂਗੇ ਕਾਲੀ ਕੇਸੋ ਵੱਲ ਵੇਖੇ।